पावर कॉर्पोरेशन के 25,000 हजार कर्मचारियों का राज्य भर में प्रदर्शन पंजाब में पावर कॉर्पोरेशन के 25,000 हजार के करीब कर्मचारी राज्य भर में अपनी मांगों को लेकर उपमंडल कार्यालयों के बाहर पंजाब सरकार और पावर कॉम के खिलाफ प्रदर्शन कर रहे हैं वहीं 29 अगस्त को पटियाला मुख्यालय पर कर्मचारी बड़ा प्रदर्शन करने जा रहे हैं आज ज्वाइंट फॉर पंजाब समुचे पंजाब पदर धरने लीके गए ने उस दे तहत ਅੱਜ ਅਸੀਂ ਸਮਾਣਾ ਡਿਵੀਜ਼ਨ ਦੇ ਅੱਗੇ ਵੀ ਜਿਹੜਾ ਇੱਕ ਲਾਮਸਾਲ ਧਰਨਾ ਦੇਣ ਜਾ ਰਹੇ ਹਾਂ ਕਿਉਂਕਿ ਬਿਜਲੀ ਬੋਰਡ ਦੀ ਮੈਨੇਜਮੈਂਟ ਹੈ ਜਿਹੜੀ ਚਾਹੇ ਟਰਾਂਸਕੋ ਦੀ ਹੈ ਚਾਹੇ ਪਾਵਰ ਕਾਮ ਦੀ ਹੈ ਉਹ ਬਾਹਰ-ਵਾਰ ਜੁਆਇੰਟ ਫੋਰਮ ਦੇ ਨਾਲ ਸਮਝੌਤੇ ਕਰਕੇ ਮੁੱਕਰਦੀ ਆਈ ਹੈ ਜਦੋਂ ਕਿ ਜੋ ਕਿ 30 ਤਰੀਕ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਮੈਨੇਜਮੈਂਟ ਨੇ ਜਥੇਬੰਦੀ ਨੂੰ ਜਿਸ ਦੇ ਵਿੱਚ ਪਹਿਲਾਂ ਕਾਫੀ ਮੰਗਾਂ ਦੇ ਉੱਤੇ ਜੱਸ ਹੋਈ ਸੀ ਪਰੰਤੂ ਜਿਹੜੀ ਮੀਟਿੰਗ ਹੈ ਉਹ 30 ਦੀ بجائے ਅੱਗੇ 13 ਤਰੀਕ ਤੇ ਪਾ ਦਿੱਤੀ ਗਈ ਜਦੋਂ 13 ਤਰੀਕ ਨੂੰ ਜਥੇਬੰਦੀ ਮੀਟਿੰਗ ਕਰਨ ਗਈ ਤਾਂ ਫੇਰ ਉਹੀ ਆਨਕਾਨੀ ਬਹਾਨੇਵਾਜੀ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਪੰਜਾਬ ਸਰਕਾਰ ਤੋਂ ਪੁੱਛ ਕੇ ਜਿਹੜੀ ਤੁਹਾਡੀ ਇਹ ਮੰਗ ਹੈ ਪੇ ਬੈਂਡ ਤੇ ਗ੍ਰੇਡ ਪੇ ਦੀ ਮੰਗ ਜੋ 12 11 ਤੋਂ ਲਾਗੂ ਹੋਣੀ ਹੈ ਜੈਸ ਕਰਕੇ ਦੁਬਾਰਾ ਫਿਰੋਬ ਬਹਾਨੇਵਾਜੀ ਕੀਤੀ ਜਾ ਰਹੀ ਹੈ 23 ਸਾਲਾ ਸਕੇਲ ਜੋ ਮੁਲਾਜ਼ਮਾਂ ਨੂੰ ਪ੍ਰੋਮੋਸ਼ਨਲ ਸਕੇਲ ਮਿਲਦਾ ਹੈ ਉਸ ਦੇ ਉੱਤੇ ਜੈਸ ਕਰਕੇ ਜਿਹੜਾ ਕਹਿੰਦੇ 30 ਨੂੰ ਸਰਕੂਲਰ ਕਰ ਦਿੱਤਾ ਜਾਊਗਾ ਉਸ ਤੋਂ ਵੀ ਜਿਹੜੀ ਮੈਨੇਜਮੈਂਟ ਹੈ ਉਹ ਮੁਕਰੀ ਹੈ ਅਤੇ ਨਾਲ ਦੀ ਨਾਲ ਹੋਰ ਵੀ ਕਾਫੀ ਜੜੀਆਂ ਮੰਗਾਂ ਨੇ ਮੰਗ ਪੱਤਰ ਦੇ ਵਿੱਚ ਦਰਜ ਨੇ ਜਿਵੇਂ ਡੀਏ ਦੀਆਂ ਕਿਸ਼ਤਾਂ ਦਾ ਸਾਡਾ ਏਰੀਆ ਰਾ ਪਿੱਛੇ 23 ਮਹੀਨਿਆਂ ਦਾ ਅਤੇ ਚਾਰ ਕਿਸ਼ਤਾਂ ਉਹ ਤੋਂ ਬਾਅਦ ਸੈਂਟਰ ਨੇ ਦੇ ਦਿੱਤੀਆਂ ਨੇ ਪਰ ਜਿਹੜੀ ਪੰਜਾਬ ਦੀ ਸਰਕਾਰ ਹੈ ਜਾਂ ਬੋਰਡ ਦੀ ਮੈਨੇਜਮੈਂਟ ਹੈ ਉਹਨੇ ਚ ਕੋਈ ਕਿਸ਼ਤ ਹੈ ਜਿਹੜੀ ਡੀਏ ਦੀ ਲਾਗੂ ਨਹੀਂ ਕੀਤੀ ਦੂਜੇ ਪਾਸੇ ਪੇ ਸਕੇਲਾਂ ਦਾ ਮਸਲਾ ਹੈ ਨਵੇਂ ਪੇ ਸਕੇਲ ਵੱਖ-ਵੱਖ ਸੂਬਿਆਂ ਦੇ ਵਿੱਚ ਲਾਗੂ ਹੋ ਚੁੱਕੇ ਨੇ ਪਰੰਤੂ ਪੰਜਾਬ ਦੇ ਵਿੱਚ ਜਿਹੜਾ ਕਮਿਸ਼ਨ ਬੈਠਾ ਹੈ ਉਸ ਦਾ ਹਜੇ ਕੋਈ ਪਤਾ ਵੀ ਨਹੀਂ ਕੋਈ ਮੀਟਿੰਗ ਕਰਦਾ ਹੈ ਜਾਂ ਨਹੀਂ ਕਰਦਾ ਸੋ ਇਸ ਤੋਂ ਵਿਰੋਧ ਦੇ ਵਿੱਚ ਸਰਕਾਰ ਦੇ ਵਿਰੋਧ ਦੇ ਵਿੱਚ ਮੈਨੇਜਮੈਂਟ ਦੇ ਵਿਰੋਧ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹ ਦੁਬਾਰਾ ਲੀਕਿਆ ਜਾ ਗਿਆ ਹੈ 29 ਤਰੀਕ ਨੂੰ ਪ੍ਰੋਟੈਸਟ ਕਰ ਰਹੇ ਹਾਂ ਪੰਜਾਬ ਦੇ ਵਿੱਚ ਤਕਰੀਬਨ ਟੋਟਲ ਜਿਹੜੇ ਮੁਲਾਜ਼ਜਤੇਵੰਦੀਆਂ ਨੇ ਚਾਹੇ ਇੱਕ ਸਾਡੇ ਜਥੇਵੰਦੀ ਇਕਤਾ ਮੰਚ ਬਣੀ ਆ ਉਹ ਵੀ ਸੰਘਰਸ਼ ਦੀ ਲੀਤ ਹੀ ਹੈ ਪਰ ਜੁਆਇੰਟ ਫੋਰਮ ਹੈ ਜਿਹੜਾ ਉਸ ਦੇ ਤਹਿਤ ਵੀ ਲਗਭਗ ਜਿਹੜਾ 25000 ਤੋਂ 30000 ਤੱਕ ਜਿਹੜਾ ਮੁਲਾਜ਼ਮ ਹੈ ਅੱਜ ਪ੍ਰੋਟੈਸਟ ਆ ਉਹ ਜੋ ਕਰ ਰਿਹਾ ਹੈ ਪੂਰੇ ਪੰਜਾਬ 'ਚ ਕਰ ਰਹੇ ਪੂਰੇ ਪੰਜਾਬ ਦੇ ਵਿੱਚ ਅੱਜ ਪ੍ਰੋਟੈਸਟ ਹੈ ਡਿਵੀਜ਼ਨ ਪੱਧਰ ਤੇ 22 ਤਰੀਕ ਨੂੰ ਡਿਵੀਜ਼ਨ ਪੱਧਰ ਦੇ ਧਰਨਾ ਦੀ ਦਿੱਤੀ ਆ ਹੋ ਰਹੇ ਨੇ ਅਤੇ 29 ਤਰੀਕ ਨੂੰ ਹੈੱਡ ਆਫਸ ਦੇ ਪਟਿਆਲਾ ਚੇਅਰਮੈਨ ਦੇ ਮੁੱਖ ਗੇਟਾਂ ਦੇ ਉੱਤੇ ਗੇਟ ਘੇਰੇ ਜਾਣਗੇ ਅਤੇ ਲਾਮਸ਼ਾਲ ਧਰਨਾ ਦਿੱਤਾ ਜਾਊਗਾ ਅਤੇ ਅਗਲੇ ਸੰਘਰਸ਼ ਦਾ ਬੰਦੀ ਕਰਨੀ ਆ ਦੋ ਦੰਦੀ ਕਰਨੀ ਆ ਜਾਂ ਬਰਕਟੂ ਰੂਲ ਸਾਡਾ ਚੱਲ ਰਿਹਾ ਹੈ 8 ਘੰਟੇ ਡਿਊਟੀ 9 ਤੋਂ 5 ਅਸੀਂ ਡਿਊਟੀ ਦੇਣੀ ਹੈ ਉਸ ਦੇ ਇੱਥੇ ਜਥੇ ਬੰਦੀ ਦੇ ਜੋ ਵੀ ਪ੍ਰੋਗਰਾਮ ਨੇ ਬਾਕੀ 29 ਤਰੀਕ ਨੂੰ ਲੀਕੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਜਿਹੜਾ ਬਹੁਤ ਤਿੱਖਾ ਕੀਤਾ ਜਾਊਗਾ ਜਿੱਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਜਾਂ ਪੰਜਾਬ ਸਰਕਾਰ ਦੀ ਹੋਊਗੀ ਜੀ